ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਖਾਸੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ, ਜਿਨ੍ਹਾਂ ਵਿੱਚ ਜਾਂ ਤਾਂ ਇਹ ਕਿਸੇ ਸਰਦਾਰ ਬੰਦੇ ਨੂੰ ਕੁੱਟ ਦਿੰਦੇ ਹੈ ਜਾਂ ਫਿਰ ਕਿਸੇ ਖਾਣ ਵਾਲੀ ਚੀਜ਼ ਦੇ ਵਿੱਚ ਮਿਲਾਵਟ ਕਰਦੇ ਹੈ। ਦੋਸਤੋ, ਅੱਜ ਦੀ ਵੀਡੀਓ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਹੱਦ ਹੀ ਕਰ ਦਿੱਤੀ ਹੈ। ਦੋਸਤੋ, ਇਹ ਪ੍ਰਵਾਸੀ ਮਜ਼ਦੂਰ ਕਿਸੇ ਜ਼ਿਮੀਂਦਾਰ ਭਰਾ ਦੇ ਘਰ ਕੰਮ ਕਰਦਾ ਸੀ ਅਤੇ ਇਹ ਪ੍ਰਵਾਸੀ ਮਜ਼ਦੂਰ ਰਾਤ ਨੂੰ ਮੱਝਾਂ ਦਾ ਦੁੱਧ ਚੋ ਕੇ ਬਾਹਰ ਦੁਕਾਨਾਂ 'ਤੇ ਵੇਚ ਦਿੰਦਾ ਸੀ। ਪਰ ਜਦੋਂ ਇੱਕ ਜ਼ਿਮੀਂਦਾਰ ਨੂੰ ਸ਼ੱਕ ਹੋਇਆ ਤਾਂ ਪ੍ਰਵਾਸੀ ਮਜ਼ਦੂਰ ਨੂੰ ਰੰਗੇ ਹੱਥੀ ਉਸਨੇ ਫੜ ਲਿਆ, ਜਿਸ ਤੋਂ ਬਾਅਦ ਉਹਨਾਂ ਨੇ ਇਹਦੀ ਵੀਡੀਓ ਬਣਾਈ। ਆ ਜੀ, ਆਹ ਦੇਖ ਲਓ, ਮੱਝਾਂ ਦਾ ਦੁੱਧ ਅਸੀਂ 6 ਵਜੇ ਕੱਢ ਲੈਂਦੇ ਹਾਂ, ਬੰਦਾ ਰਾਤ ਨੂੰ 9 ਵਜੇ ਫਿਰ ਦੁੱਧ ਕੱਢ ਕੇ ਵੇਚ ਕੇ ਆਉਂਦਾ। ਸੋਨੂ ਨਾਮ ਹੈ ਇਹਦਾ, ਬਠਿੰਡੇ ਕੰਮ ਕਰਦਾ ਇਹ, ਪਰਸਾ ਨਗਰ ਡੈਰੀ 'ਚ 37 ਨੰਬਰ ਗਲੀ 'ਚ। ਰਾਤ 9 ਵਜੇ ਦਾ ਟਾਈਮ ਸੀ ਜੀ, ਚੋਰੀ ਕਰਦਾ ਸੀ ਬੰਦਾ, ਮੁੱਕਦੇ ਫੜਿਆ। ਆ ਲਓ 10 ਕਿਲੋ ਦੁੱਧ ਹੋਣਾ, ਟੀਕੇ ਲਾ ਲਾ ਕੇ ਦੁਬਾਰਾ ਮੱਝਾਂ ਚੋਈਆਂ। ਇੱਧਰ ਕਰ ਮੂੰਹ।